सुबह सुबह मोटरसाइकिल झूठा लाके आई हजे भी अज नहीं बनना पक्की हो गई ਹਲਕਾ ਫੁਲਕਾ ਨਾਸ਼ਤਾ ਕਰਕੇ ਗਏ ਆ ਬਿਸਕਿਟ ਖਾ ਗਏ ਆ ਅਤੇ ਮੈਂ ਇਹਨਾਂ ਨੂੰ ਕਿਹਾ ਸੀ ਟਿਫਨ ਲਿਆ ਅਤੇ ਮੈਂ ਫਿਰ ਉਹਨਾਂ ਨੂੰ ਰੋਟੀ ਬਣਾ ਦਿੰਦੀ ਹਾਂ ਅਤੇ ਆਟਾ ਮੈਂ ਬੁਣ ਕੇ ਰੱਖਿਆ ਹੋਇਆ ਅਤੇ ਲੇਕਿਨ ਮੈਂ ਨਾ ਕੱਪੜੇ ਪਹਿਲੇ ਇਸੇ ਕਰਨਾ ਪੈਂਦੇ ਅਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਨਾਸ਼ਤਾ ਬਣਾ ਕੇ ਦਿੰਦੀ ਥੱਕ ਜਾਂਦੇ ਨੇ ਫਿਰ ਵੀ ਸਕੂਲ ਜਿਹੜਾ ਹੈ ਨਾ ਦੇ ਜਾਣਗੇ ਅਤੇ ਇਹ ਜਿਹੜਾ ਤੋਤਾ ਸਾਡਾ ਤੋਤਾ ਨਾ ਬਿੱਲੂ ਜਿਹਾ ਕਿਆ ਵਿੱਚ ਲੈ ਕਵੀ ਨੇ ਚੁੰਝ ਮਾਰੀ ਕਵੇ ਨੇ ਚੂੰਚ ਮਾਰੀ ਹੈ ਹਾਏ ਬੱਬੀਆਂ ਬਿਸਕ ਇਹੀ ਤਾਂ ਮਸਲਾ ਜਿਹੜੀ ਚੀਜ਼ ਪਕੜਾਓ ਕਵਾ ਖੋਲੇ ਦਾ ਕੋਲ ਬੈਠਣਾ ਪੈਂਦਾ ਫਿਰ ਇਹ ਤਾਂ ਛੋਟੀ ਮੋਈ ਕੋਲ ਖੋਲਦੇ ਉਹ ਵੱਡੇ ਵੱਡੇ ਕੋਲ ਖੋਲਦੇ ਉਹ ਇੰਨੇ ਚਲਾਕ ਚਲੋ ਇਸਤਰੀ ਕਰ ਦੋ ਕਵੇ ਨੇ ਮੈਂ ਨਾ ਆਵਾਂ ਮਰੁੰਡਾ ਖਾਣਾ ਬੇਟੇ ਨੇ ਮਰੁੰਡਾ ਖਾਣਾ ਆ ਖਾਣਾ ਮਰੁੰਡਾ ਬੇਟਾ ਮੁੰਡਾ ਕਾ ਲਿਆ ਮਰੁੰਡਾ ਅੰਮੀ ਪਾਸ ਬੈਠ ਬਸ ਉਹ ਕਹਿੰਦੀ ਮੇਰੀ ਮਮਾ ਹੁਣ ਮੈਨੂੰ ਪਕੜ ਲੈ ਲਓ ਮਮਾ ਕੀ ਕਰੇ ਮਮਾ ਨੇ ਸਭ ਪਕੜੀ ਹੈ ਮਮਾ ਇੱਕ ਮਿੰਟ ਉਹ ਇੱਕ ਮਿੰਟ ਮੈਂ ਬੇਟਾ ਉਹ ਆ ਚਲੀ ਆ ਚਲੀ ਬਾਕ ਤੇ ਛੋੜ ਦੇ ਕਮਰੇ ਕੀ ਆ ਬਾਕ ਕਿੱਥੇ ਚੱਲਾ ਮੇਰਾ ਪੁੱਤ ਹੂੰ ਹੀਰਾ ਮੇਰੀ ਬੇਟੀ ਕਿੱਥੇ ਚੱਲੀ ਆ ना जायो बाहर गिर जाओगे हीरा कितने चलना मेरा छनू आज मेरे पास आ जाओ आ जाओ आ जाओ आ जाओ आ जाओ छोटी थोड़ी पता नहीं कितने रख दी हीरा ना जायो हीरा हीरा गिर जाऊंगी एक मिनट मैं ना हीरा ले आऊं हीरा कल बाजी पई थोड़ी बाहर है जी इधर आ मैं बेटा आ जाओ आ जाओ आ जाओ आ सही है अबू जी कहते पता नहीं लगता हीरा देखो आ देखो गल चुपी अबू जी कहते की पता नवे पुराने का देखो ओ लो जाग गई अमी जी अबू मन देनी देखो आ कंबल सिर चुपा डी हूँ अबू जी ना मैं वीडियो दिखा लूंगा देखो थोड़ी पोती इस तरह कर दी चलो जनाब फातिमा चको जाके हूँ करता बेटा गिर जाऊंगा बोलिया कंबल तात पा दी तैयारी मैं कर ली हल्की फुल्की जी हम जा रहे हैं चौक आसा कुछ समान भी लेके आना है वो भी लेके आऊंगा सब्जी लाजम याद करा दियो केड़ी लेके आनी फिर मैं ले आऊंगा ठीक है ना ये ना बोल जी मैं चाहता हूं ले ठीक है ना अदरक थोड़ा जा ले कितना
ਹਰੀਆਂ ਮਿਰਚਾਂ ਟਮਾਟਰ ਅਦਰਕ ਹੋ ਗਿਆ ਤੇ ਸਬਜ਼ੀ ਖੀਰੇ ਲੈ ਲਿਆ ਥੋੜੇ ਜਿਹੇ ਖੀਰਾ ਖਾਧੀ ਆ ਠੀਕ ਹੋ ਗਿਆ ਖੀਰਾ ਵਾਸਤੇ ਸਲੰਟੀ ਸ਼ੈਂਪੂ ਖਤਮ ਹੋਇਆ ਉਹ ਲੈ ਕੇ ਆਇਓ ਸਹੀ ਆ ਹਾਂਜੀ ਚਲੋ ਲਿਆ ਇੱਕ ਵਾਰ ਯਾਦ ਕਰਾ ਦਿਓ ਫਿਰ ਵੀ ਤੇ ਇਹਨਾਂ ਕੋਈ ਸਮਾਨ ਭੁੱਲ ਜਾਓ ਭੁੱਖ ਵਾਲੇ ਨੰਬਰ ਤੇ ਕਾਲ ਕਰਿਓ ਅੱਛਾ ਚਲੋ ਠੀਕ ਆ ਹਾਂਜੀ ਅੱਛਾ ਜੀ ਘਰ ਮੈਂ ਆ ਗਿਆ ਕੁਛ ਸਮਾਨ ਆਸਿਆ ਨੇ ਕਿਹਾ ਸੀ ਉਹ ਲਿਆ ਆਇਆ ਹੁਣ ਦੇਖੋ ਸਾਰਾ ਲਿਆ ਆਇਆ ਭੁੱਲ ਤਾਂ ਨਹੀਂ ਆਇਆ ਕੋਈ ਸਮਾਨ ਸਹੀ ਆ ਤੇ ਮੇਰੀ ਧੀ ਰਾਣੀ ਸੁੱਤੀ ਹੈ ਹਾਂਜੀ ਉਹਨੂੰ ਨਹਾਈ ਕਰਵਾ ਕੇ ਮੈਂ ਉਹਨੂੰ ਖਿਲਾਇਆ ਵਾ ਜਾਨਵਰਾਂ ਨੂੰ ਪਾਣੀ ਪਿਲਾਉਣ ਗਈ ਸੀ ਫੁੱਫੜ ਜੀ ਕੋਲ ਛੋੜ ਕੇ ਮੱਸੀ ਜਾਨਵਰਾਂ ਨੂੰ ਪਾਣੀ ਪਿਲਾਇਆ ਬਾਕਰ ਲੈ ਕੇ ਗੇਟ 'ਚ ਚਲੀ ਜਾਂਦੀ ਸੀ ਮੈਂ ਕਿਹਾ ਫਿਰ ਕੁਛ ਨੀਚੇ ਗਿਰ ਜਾਂਦੀ ਹੈ ਜਦੋਂ ਕੱਚੀ ਜਗ੍ਹਾ 'ਤੇ ਜਾਂਦੀ ਸਾਰਿਆਂ ਨੂੰ ਪਿਲਾ ਲਿਆ ਹਾਂਜੀ ਕੱਚੀ ਜਗ੍ਹਾ 'ਤੇ ਫਿਰ ਜਦੋਂ ਜਾਂਦੀ ਹੈ ਨਾ ਫਿਰ ਉਹ ਪੈਰ ਰਿੜਦੇ ਨਹੀਂ ਆਇਆ ਫਿਰ ਪਿੱਛੋਂ ਬਾਕਰ ਚੱਕਿਆ ਜਾਂਦਾ ਫਿਰ ਉਹ ਗਿਰ ਜਾਂਦੀ ਕੱਲ੍ਹ ਬੁਖਾਰ ਵਿੱਚ ਮੈਂ ਮਿੱਟੀ ਕੀਤੀ ਤਾਂ ਸੀਗੀ ਕਰਾਹ ਦੇ ਨਾਲ ਲੇਕਿਨ ਉਹ ਜਦੋਂ ਜ਼ੋਰ ਲਗਾਉਂਦੀ ਨਾ ਅੱਗੇ ਨੂੰ ਉਹ ਫਿਰ ਪਿੱਛੋਂ ਬਾਕਰ ਚੱਕ ਹੋ ਜਾਂਦਾ ਹੈ ਤਾਂ ਕਰਕੇ ਇਸ ਲਈ ਫਿਰ ਮੈਂ ਉਹਨੂੰ ਘਰ ਹੀ ਫੁੱਫੋ ਜੀ ਕੋਲ ਛੋੜ ਕੇ ਗਈ ਸੀ ਤੇ ਮੈਂ ਗੇਟ ਬੰਦ ਕਰਤਾ ਸੀ ਤੇ ਉਹ ਰੋਂਦੀ ਸੀ ਵੀ ਮੰਮਾ ਬਾਹਰ ਕਿਉਂ ਗਈ ਜੀ ਸਹੀ ਆ ਹਾਂਜੀ ਫਿਰ ਨਹਾਈ ਕਰਵਾਈ ਆ ਫਿਰ ਉਹਨੂੰ ਸਲਾਇਆ ਵਾ ਤੇ ਰਜ਼ਾਈ ਦਾ ਕਵਰ ਮੈਂ ਕਿਹਾ ਸਲਾਈ ਕਰ ਲਵਾਂ ਬਸ ਉਹ ਨਹੀਂ ਉਹਨੇ ਕਰਨ ਦਿੱਤਾ ਹੈ ਮੈਂ ਤਾਂ ਨੀਂਦ ਆ ਰਹੀ ਨੀਂਦ ਆ ਰਹੀ ਜਦ ਮੈਡੀਸਨ ਲਈ ਦਵਾਈ ਲਈ ਡਾਕਟਰ ਚੈੱਕ ਕਰਵਾਇਆ ਮੈਂ ਡਾਕਟਰ ਤੱਕ ਰਿਹਾ ਹੀ ਨਹੀਂ ਹੋਰ ਡਾਕਟਰ ਕੋਲ ਦਵਾਈ ਲਈ ਉਹ ਮੈਂ ਥੋੜ੍ਹੀ ਜਿਹੀ ਲਈ ਫਿਰ ਮੈਂ ਕਿਹਾ ਸੁਬਹਾ ਜਾਊਂਗਾ ਦੁਬਾਰਾ ਫਿਰ ਲੈ ਕੇ ਆਊਂਗਾ ਦਵਾਈ ਚਲੋ ਆ ਲੈ ਲਓ ਠੰਡਾ ਹੋ ਗਿਆ ਹੈ ਠੰਡਾ ਹੋ ਗਿਆ ਗਰਮ ਪਿਆਲੀ ਚ ਪਾ ਕੇ ਨਾ ਪਿਆਲੀ ਲਿਆਓ ਨਾ ਫਿਰ ਪੀਨੇ ਆ ਤੇ ਬਾਅਦ ਵਿੱਚ ਸਮਾਨ ਦੇਖ ਲਓ ਜਿਹੜੇ ਜਿਹੜੇ ਲੈ ਕੇ ਆਏ ਪੂਰੇ ਮੈਂ ਦੇਖਦੀ ਆ ਮੈਂ ਮਗ ਲਿਆ ਪਿਆਲੀ ਲਿਆ ਮੈਂ ਆਪਣੇ ਦੋਸਤ ਨੂੰ ਕੀ ਲੈ ਕੇ ਆ ਨਲਕੇ ਤੇ ਲਾ ਕੇ ਆਉਂਗਾ ਮਿੱਠਾ ਪਾਣੀ ਨਾ ਉੱਥੇ ਉੱਥੇ ਅੱਗੇ ਇੱਕ ਦਫਾ ਲਾਇਆ ਸੀ ਖਤਮ ਹੋਣੇ ਆਉਂਦਾ ਨੀ ਸੀ ਅਜੇ ਕੇਲੇ ਲੈ ਕੇ ਆਇਆ ਮੈਂ ਹੀਰਾ ਬੇਟੀ ਵਾਸਤੇ ਤੇ ਨਾ ਹੀਰਾ ਦਾ ਹੁੰਦਾ ਆ ਬਿਲਕੁਲ ਦਵਾਈ ਸਾਈਡ ਤੇ ਇਸ ਤਰ੍ਹਾਂ ਰੱਖ ਦੋ ਨਾ ਇਹ ਮੈਂ ਖਾਣੀਆਂ ਆ ਜਾ ਇੱਥੇ ਰੱਖ ਦਿਆ ਖੀਰੇ ਸੋਹਣੇ ਟਮਾਟਰ ਹੋ ਗਏ ਮਿਰਚਾਂ ਵੀ ਹੋਣੀਆਂ ਉਹ ਦੂਸਰੇ ਛਾਪਰ ਚੋਣੀਆਂ ਸੌ ਰੁਪਏ ਦੀਆਂ ਦੋ ਸੌ ਰੁਪਏ ਦਾ ਲਿਆ ਸਮਾਨ ਸੌ ਦਾ ਟਮਾਟਰ ਸਮਾਨ ਦੀਆਂ ਮਿਰਚਾਂ ਅੱਛਾ ਜੀ ਇਹ ਮਟਰ ਤੁਸੀਂ ਅੱਧਾ ਕਿਲੋ ਕਿਹਾ ਸੀ ਮੈਨੂੰ ਕਿ ਅੱਧਾ ਕਿਲੋ ਲੈ ਕੇ ਆਇਆ ਬਸ ਬਹੁਤ ਚੰਗਾ ਕੀਤਾ ਅੱਧਾ ਕਿਲੋ ਬਹੁਤ ਫਿਰ ਬੱਚੇ ਇੱਕੋ ਚੀਜ਼ ਨਹੀਂ ਖਾਂਦੇ ਇਹ ਨਵੀਂ ਸਬਜ਼ੀ ਆਈ ਹੈ ਜੀ ਟਿੰਡੀਆਂ ਫਰੈਸ਼ ਤਾਜ਼ਾ ਫਰੈਸ਼ ਸਬਜ਼ੀ ਟਿੰਡੀਆਂ ਟਿੰਡੀਆਂ ਬਣਾਵਾਂ ਅੱਜ ਹੈ ਐਪਲ ਉਹਨੇ ਪਹਿਲਾਂ ਇਸ ਤਰ੍ਹਾਂ ਦੇ ਪਸੰਦ ਆ ਇਸ ਤਰ੍ਹਾਂ ਦੇ ਰੈਡ ਰੈਡ ਹਾਂਜੀ ਤੁਸੀਂ ਉੱਥੇ ਬੱਚਿਆਂ ਨੂੰ ਸਕੂਲ ਪੁੱਛਦੇ ਹੋ
ਬੱਚਿਆਂ ਨੂੰ ਮੈਂ ਸਕੂਲ ਦੇ ਆਣਾ ਸੀ, ਲੇਕਿਨ ਫਿਰ ਬੱਚੇ ਕਹਿੰਦੇ ਨਾਲ ਹੀ ਜਾਣਾ ਪਾਪਾ ਤੇਰੇ। ਮੋਈਜ਼ ਰੋਣ ਰੋਣ ਚੁੱਪ ਕਰਦਾ। ਧੋ ਕੇ ਕਰਦੀਆਂ ਪਲੀਜ਼। ਤੇ ਇਹ ਜੀ ਚਿਪਸ ਮੈਂ ਤੁਹਾਨੂੰ ਪਿੱਛੇ ਫੋਨ ਕਰਦੀ ਸੀ। ਫੋਨ ਕਰਦੀ ਸੀ ਅਸਲ 'ਚ ਨਾ 400 ਦੀ ਲਈ ਸੀ ਆਜ ਨੇ ਮਿਸਟਰੀਆਂ ਵਾਸਤੇ, ਤੇ ਸਿਰਫ 100 ਰੁਪਏ ਦੀ ਬਚੀ ਨਹੀਂ, ਤੁਹਾਨੂੰ ਉੱਥੇ ਕਾਫੀ ਦੇਰ ਬੈਠਣਾ ਪੈਣਾ ਸੀ ਅਜੇ। ਤੇ ਮੈਂ ਕਿਹਾ 100 ਦੀ ਦੇ ਯਾਰ, ਮੋਈਜ਼ ਮੰਗਦਾ ਸੀ ਸੁਬਾ। ਸ਼ੈਂਪੂ ਲਿਆਉਣੀ ਸੀ, ਉਹ ਮੈਂ ਭੁੱਲ ਗਿਆ ਘਰ, ਕੱਬਲ ਕੇ ਮੂੰਹ ਚ ਨਿਕਲਿਆ ਘਰ, ਭੁੱਲ ਕੇ ਨਿਕਲ ਲਿਆਉਣੇ ਦਾ ਯਾਦ ਨਹੀਂ ਰਿਹਾ ਮੈਨੂੰ। ਅੱਛਾ ਵੀਡੀਓ ਸਾਡੀ ਇੱਥੇ ਤੱਕ ਸੀ। ਅਗਰ ਮੇਰੇ ਭੈਣ ਭਰਾਵਾਂ ਸਾਡੀ ਵੀਡੀਓ ਅੱਛੀ ਲੱਗੀ, ਸਾਡੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਇਸ ਤਰ੍ਹਾਂ ਸੁਣਦੇ ਹੋ ਯਾਰ, ਤਾਂ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਰੱਬ ਸੋਹਣੇ ਦੇ ਹਵਾਲੇ, ਰੱਬ ਰੱਖ, ਅੱਲਾ ਹਾਫਿਜ਼। ਖਾ ਲਓ ਖਾ ਲਓ।